ਪੰਜਾਬ ਵਿੱਚ ਜਿੱਥੇ ਪਾਣੀ ਦਾ ਲੈਵਲ ਦਿਨ ਪਰ ਦਿਨ ਘਟਦਾ ਹੀ ਜਾ ਰਿਹਾ, ਉੱਥੇ ਖੇਤੀਬਾੜੀ ਵਿਭਾਗ ਖੇਤੀ ਕਰਨ ਦੇ ਨਵੇਂ ਨਵੇਂ ਢੰਗ ਅਪਣਾ ਰਿਹਾ ਹੈ, ਜਿਸ ਦੇ ਚੱਲਦਿਆਂ ਝੋਨੇ ਦੀ ਬਿਜਾਈ ਬਿਨਾਂ ਪਾਣੀ ਦੇ ਹੀ ਖੇਤੀਬਾੜੀ ਵਿਭਾਗ ਵੱਲੋਂ ਕਰਵਾਏਗੀ, ਜਿਸ ਦਾ ਮੁਆਇਨਾ ਕਰਨ ਲਈ ਖੇਤੀਬਾੜੀ ਵਿਭਾਗ ਦੀ ਟੀਮ ਨੇ ਪਿੰਡ ਦਾ ਦੌਰਾ ਕੀਤਾ। ਉੱਥੇ ਹੀ ਅਧਿਕਾਰੀਆਂ ਦਾ ਕਹਿਣਾ ਕਿ ਇਸ ਕੰਮ ਵਿੱਚ ਪਾਣੀ ਅਤੇ ਲੇਬਰ ਦੋਨਾਂ ਦੀ ਹੀ ਬੱਚਤ ਹੁੰਦੀ ਹੈ। ਇਹਦਾ ਹੀ ਸਾਨੂੰ ਫਾਇਦਾ ਇਹ ਲੱਗ ਰਿਹਾ ਹੈਗਾ ਕਿ ਇੱਕ ਤਾਂ ਕੱਦੂ ਦਾ ਖਰਚਾ ਬਚ ਰਿਹਾ ਹੈਗਾ, ਦੂਜਾ ਜਿਹੜਾ ਲੇਬਰ 3000 ਏਕੜ ਦਾ ਲੈਂਦੀ ਸੀ ਉਹ ਬਚ ਗਿਆ, ਕੁੱਲ ਮਿਲਾ ਕੇ ਲਾ ਲਓ ਵੀ 5000 ਏਕੜ ਮਗਰ ਸਾਨੂੰ ਇਹਦਾ ਫਾਇਦਾ ਹੋ ਰਿਹਾ ਹੈ। ਅਤੇ ਫਸਲ ਕਿਸ ਤਰ੍ਹਾਂ ਖੜੀ ਹੈ? ਫਸਲ ਜੀ ਦੂਜੀ ਫਸਲ ਨੂੰ ਬਿਹਤਰ ਖੜੀ ਹੈਗੀ, ਕੋਈ ਬਿਮਾਰੀ ਨਹੀਂ ਆਈ ਅਤੇ ਕੋਈ ਹਮਲਾ ਨਹੀਂ ਹੋਇਆ ਕੀੜੇ ਮਕੌੜੇ ਦਾ। ਕਿੰਨਾ ਖੇਤ ਲਾਇਆ ਤੁਸੀਂ? ਇਹ ਆਪਾਂ ਲਾਇਆ ਜੀ 12 ਕਿੱਲੇ। ਜਿਸ ਤਰ੍ਹਾਂ ਕਿ ਆਪਾਂ ਦੇਖ ਹੀ ਰਹੇ ਹਾਂ ਫੀਡ ਦੇ ਵਿੱਚ ਆਪਾਂ ਮਤਲਬ ਇਹਦਾ ਮੁਆਇਨਾ ਕੀਤਾ ਹੈਗਾ, ਜਿਹੜੀ ਡਾਇਰੈਕਟ ਸੋਇੰਗ ਆਫ ਰਾਈਸ ਆ ਆਪਣੇ ਜੀਰੀ ਦੀ ਸਿੱਧੀ ਬਿਜਾਈ, ਇਹਦੇ ਵਿੱਚ ਦੋ ਤਾਂ ਮੇਨ ਇਹਦੇ ਫਾਇਦੇ ਇਹੀ ਨੇ, ਇੱਕ ਤਾਂ ਇਹਦੇ ਵਿੱਚ ਲੇਬਰ ਦੀ ਜਿਹੜੀ ਬੱਚਤ ਆ ਉਹ ਬਹੁਤ ਜ਼ਿਆਦਾ ਆ, ਅਤੇ ਦੂਸਰਾ ਜਿਹੜਾ ਪਾਣੀ ਦੀ ਉਹ ਅਸੀਂ 30 ਤੋਂ 35% ਜਿਹੜਾ ਪਾਣੀ ਆ ਉਹ ਆਮ ਮਤਲਬ ਕਿ ਰਵਾਇਤੀ ਜਿਹੜੀ ਅਸੀਂ ਫਸਲ ਬੀਜਦੇ ਹਾਂ ਜੀਰੀ ਦੀ ਉਹਦੇ ਨਾਲੋਂ ਘੱਟ ਖਪਤ ਹੁੰਦੀ ਆ। ਅਤੇ ਬਾਕੀ ਰਹੀ ਗੱਲ ਖਰਚੇ ਦੀ, ਖਰਚਾ ਇਹਦਾ ਤਕਰੀਬਨ 5000 ਰੁਪਈਆ ਜਿਹੜਾ ਪ੍ਰਤੀ ਏਕੜ ਆ, ਇਹਦਾ ਖਰਚਾ ਮਤਲਬ ਕਿ DSR 'ਤੇ ਮਤਲਬ ਕਿ ਘੱਟ ਮਤਲਬ ਕਿ ਆਉਂਦਾ। ਜਦਕਿ ਤੁਸੀਂ ਆਪਾਂ ਖੇਤ ਦੇ ਵਿੱਚ ਦੇਖਿਆ ਇਹਦੇ ਵਿੱਚ ਸਪੇਸਿੰਗ ਲਾਈਨਾਂ ਦੇ ਵਿੱਚ ਹੋਣ ਕਰਕੇ ਮਤਲਬ ਕਿ ਬਿਜਾਈ ਹੈ ਜਿਹੜੀ ਲਾਈਨਾਂ 'ਚੋਂ ਬੀਜਣ ਕਰਕੇ ਜਿਹੜੀ ਹਵਾ ਅਤੇ ਧੁੱਪ ਆ ਉਹ ਪ੍ਰੋਪਰ ਇਸ ਨੂੰ ਲੱਗਦੀ ਆ, ਅਤੇ ਇਸ ਕਰਕੇ ਇਹਦੀ ਜਿਹੜੀ ਗਰੋਥ ਆ ਉਹ ਬੜੀ ਅੱਛੀ ਗਰੋਥ ਆ। ਈਵਨ ਕਿ ਜਿਹੜੀ ਆਮ ਰਵਾਇਤੀ ਢੰਗ ਨਾਲ ਮਤਲਬ ਕਿ ਜੀਰੀ ਅਸੀਂ ਲਾਈ ਆ ਉਹਦੇ ਨਾਲੋਂ ਵੀ ਇਹਦੇ ਵਿੱਚ ਅੱਛੀ ਗਰੋਥ ਆ। ਇਹ ਜਿਹੜੀ ਫਸਲ ਆ ਇਹ 2 ਮਹੀਨੇ ਦੀ ਮਤਲਬ ਕਿ ਫਸਲ ਆ, ਕੋਈ ਇਹਦੇ ਵਿੱਚ ਕਿਸੇ ਕਿਸਮ ਦਾ ਮਤਲਬ ਕਿ ਵੀ ਕੋਈ ਹਾਲੇ ਵੇਧ ਨਹੀਂ ਹੈ, ਕੋਈ ਕੀੜੇ ਮਕੌੜੇ ਦਾ ਜਾਂ ਬਿਮਾਰੀ ਦਾ ਹਮਲਾ ਨਹੀਂ ਲੱਗਿਆ ਹੋਇਆ। ਜ਼ਿਮੀਂਦਾਰ ਨੇ ਇਹ ਤਕਰੀਬਨ 60 ਦਿਨਾਂ ਦੀ ਫਸਲ ਹੋ ਚੁੱਕੀ ਆ, ਜ਼ਿਮੀਂਦਾਰ ਨੇ ਰੇਹ ਆ ਜਿਹੜਾ ਉਹ ਆਪਣਾ 130 ਕਿੱਲੋ ਉਹਦੇ 'ਚ ਯੂਰੀਆ ਖਾਦ ਆ ਉਹ ਪੂਰਾ ਕਰ ਲਿਆ ਗਿਆ। ਅਤੇ ਬਾਕੀ ਇਹਦਾ ਫਾਇਦਾ ਇਹ ਵੀ ਆ, ਜਿਸ ਤਰ੍ਹਾਂ ਜੁਲਾਈ ਮਹੀਨੇ ਦੇ ਵਿੱਚ ਇਸ ਵਾਰੀ ਬਾਰਿਸ਼ਾਂ ਬਹੁਤ ਜ਼ਿਆਦਾ ਹੋਈਆਂ ਨੇ, ਇਹਦੇ ਵਿੱਚ ਮਤਲਬ ਜਿਹੜਾ ਹੈਗਾ ਪਰਕੋਲੇਸ਼ਨ ਕਰਕੇ, ਕਿਉਂਕਿ ਇਹਦੇ ਵਿੱਚ ਜਿਹੜੇ ਪੋਰਸ ਨੇ ਉਹ ਹੋਣ ਕਰਕੇ ਜਿਹੜਾ ਇਹਦੇ 'ਚ ਪਾਣੀ ਆਉਂਦਾ ਬਾਰਿਸ਼ ਦਾ ਪਾਣੀ ਆ ਉਹ ਮਤਲਬ ਵੀ ਥੱਲੇ ਚਲਾ ਜਾਂਦਾ। ਅਤੇ ਇਹਦਾ ਇਹ ਵੀ ਬੜਾ ਵੱਡਾ ਫਾਇਦਾ ਵੀ ਜਿਹੜਾ ਇਹਦਾ ਮੀਂਹ ਦਾ ਪਾਣੀ ਆ ਉਹ ਇਹ ਥੱਲੇ ਜ਼ਮੀਨ ਦੇ ਵਿੱਚ ਚਲਾ ਜਾਂਦਾ, ਗਿਰ ਜਾਂਦਾ, ਅਤੇ ਉਹਦੇ ਨਾਲ ਜਿਹੜਾ ਸਾਡਾ ਪਾਣੀ ਦਾ ਲੈਵਲ ਆ ਉਹ ਉੱਤੇ ਆਉਣ ਦੀ ਵੀ ਸੰਭਾਵਨਾ ਹੈਗੀ ਆ। ਇਹਦਾ ਦੂਸਰੀ ਜੀਰੀ ਨਾਲੋਂ ਬਿਲਕੁਲ ਵੀ ਕੋਈ ਫਰਕ ਨਹੀਂ ਹੈ, ਕੋਈ ਇਹਦੇ ਝਾੜ ਦੇ ਵਿੱਚ ਫਰਕ ਨਹੀਂ ਪੈਣਾ। ਜ਼ਿਆਦਾ ਕਿ ਇਸ ਦਾ ਮਤਲਬ ਵੀ ਜਦੋਂ ਇਸ ਵਾਰੀ ਦੇ ਹਿਸਾਬ ਨਾਲ ਫੀਲਡ ਦੇ ਵਿੱਚ ਵਿਜਿਟ ਕਰਨ ਦੇ ਮੁਤਾਬਕ ਦੇਖਿਆ ਗਿਆ ਵੀ ਇਹਦੀ ਜਿਹੜਾ ਮਤਲਬ ਵੀ ਗਰੋਥ ਅਤੇ ਵਿਗਰ ਹੈ, ਇਹਦੀ ਹੈਲਥ ਆ ਜਿਹੜੀ ਮਤਲਬ ਵੀ ਡਾਇਰੈਕਟ ਸੋਇੰਗ ਆਫ ਰਾਈਸ ਦੀ ਉਹ ਦੂਸਰੀ ਮਤਲਬ ਵੀ ਕ੍ਰੋਪ ਨਾਲੋਂ ਬਹੁਤ ਅੱਛੀ ਹੈ, ਕਿਉਂਕਿ ਇਹਨੂੰ ਹਵਾ ਅਤੇ ਜਿਹੜੀ ਲਾਈਟ ਵਗੈਰਾ ਰੋਸ਼ਨੀ ਵਗੈਰਾ ਉਹ ਇਹਨੂੰ ਪ੍ਰੋਪਰ ਮਿਲਦੀ ਆ, ਉਸ ਕਰਕੇ ਇਹਦਾ ਬੂਟੇ ਦਾ ਬੂਝਾ ਜਿਹੜਾ ਉਹ ਬੜੀ ਅੱਛੀ ਗਰੋਥ ਆ। ਅਤੇ ਇਸ ਤਰ੍ਹਾਂ ਲੱਗ ਰਿਹਾ ਹੈ ਵੀ ਇਸ ਦਾ ਝਾੜ ਆ ਆਮ ਰਵਾਇਤੀ ਮਤਲਬ ਵੀ ਜਿਹੜੀ ਬਿਜਾਈ ਨਾਲੋਂ ਇਹਦਾ ਝਾੜ ਆ ਇਸ ਵਾਰੀ ਵੱਧ ਰਹਿਣ ਦੀ ਸੰਭਾਵਨਾ।